ਬਾਗਬਾਨ ਭਰਾਓ, ਅੱਜ ਅਸੀਂ ਨਿੰਬੂ ਜਾਤੀ ਦੀਆਂ ਫਸਲਾਂ ਜੋ ਖਾਸ ਤੌਰ 'ਤੇ ਇਸ ਰੀਜਨ ਦੇ ਵਿੱਚ ਪੈਦਾ ਕਰਦੇ ਹਾਂ, ਉਸ ਸੰਬੰਧੀ ਵਿਚਾਰ ਵਟਾਂਦਰਾ ਸਲਾਹ ਮਸ਼ਵਰਾ ਕਰਨ ਇਕੱਠੇ ਹੋਏ ਹਾਂ। ਖੇਤੀਬਾੜੀ ਯੂਨੀਵਰਸਿਟੀ ਦਾ ਇਹ ਉਪਰਾਲਾ ਤੁਹਾਨੂੰ ਸਾਰਿਆਂ ਨੂੰ ਇਸ ਪਲੈਟਫਾਰਮ 'ਤੇ ਲਿਆਉਣਾ ਔਰ ਸੁਝਾਵਾਂ ਦਾ ਆਦਾਨ ਪ੍ਰਦਾਨ ਕਰਨਾ ਹੁੰਦਾ। ਇਸ ਦੇ ਵਿੱਚ ਮਹਿਕਮਾ ਬਾਗਬਾਨੀ ਦੀ ਸ਼ਮੂਲੀਅਤ ਵੀ ਬੜੀ ਹੁੰਮ ਹੁਮਾ ਕੇ ਹੁੰਦੀ ਹੈ। ਅਸੀਂ ਯੂਨੀਵਰਸਿਟੀ ਵੱਲੋਂ ਬਾਗਾਂ ਦੀਆਂ ਅਲੱਗ ਅਲੱਗ ਫਸਲਾਂ 'ਤੇ ਕੰਮ ਕਰਦੇ ਹਾਂ। ਉਹਦੇ ਵਿੱਚ ਕਿੰਨੂ ਇੱਕ ਪ੍ਰਮੁੱਖ ਫਸਲ ਉੱਭਰ ਕੇ ਆਈ ਹੈ ਪਿਛਲੇ ਸਾਲਾਂ ਤੋਂ, ਔਰ ਇੱਕ ਬਹੁਤ ਹੀ ਵੱਡਾ ਰਕਬਾ ਜਿਹੜਾ ਇਹਦੇ ਥੱਲੇ ਕਵਰ ਹੋਇਆ, ਜਿਹਦੇ ਵਿੱਚ ਕਿੰਨੂ ਵਰਾਇਟੀ ਜਿਹੜੀ ਪੁਰਾਣੇ ਸਮੇਂ 'ਚ ਅਸੀਂ ਸਿਫਾਰਸ਼ ਕੀਤੀ ਸੀ ਅਮਰੀਕਾ 'ਚ, ਕਿਸਮ ਜਿਹੜੀ ਸੀ ਡਿਵੈਲਪ ਹੋਈ ਸੀ, ਬਟ ਉੱਥੋਂ ਦੇ ਬਾਗਬਾਨਾਂ ਨੇ ਇਹਨੂੰ ਚੱਕਿਆ ਨਹੀਂ। ਅਸੀਂ ਔਰ ਪਾਕਿਸਤਾਨ ਦੇ ਭਰਾਵਾਂ ਨੇ ਇਹਨੂੰ ਬਹੁਤ ਵੱਡੇ 'ਤੇ ਪੈਦਾ ਕਰਕੇ ਦੁਨੀਆ ਦੇ ਵਿੱਚ ਇਹਦਾ ਨਾਂ ਜਿਹੜਾ ਹੈ ਫੈਲਾਇਆ ਹੈ, ਔਰ ਉਹਦੇ 'ਚੋਂ ਅਸੀਂ ਆਪਣੀ ਸ਼ਮੂਲੀਅਤ ਕਰਕੇ ਮੁਨਾਫਾ ਵੀ ਕਮਾ ਰਹੇ ਹਾਂ। ਇਹਦੇ ਵਿੱਚ ਪ੍ਰਮੁੱਖ ਸਮੱਸਿਆ ਜਿਹੜੀ ਸਾਨੂੰ ਲੱਗ ਰਹੀ ਸੀ ਵੀ ਬੀ ਬਹੁਤ ਨੇ ਜਿਹੜੇ ਸਾਨੂੰ ਪ੍ਰੋਸੈਸਿੰਗ ਦੇ ਵਿੱਚ ਵੀ ਸਮੱਸਿਆ ਪੈਦਾ ਕਰਦੇ ਨੇ, ਆਉਣ ਔਰ ਖਾਣ ਵੇਲੇ ਵੀ ਸਾਨੂੰ ਇਹ ਬੀਜਾਂ ਦੀ ਦਿੱਕਤ ਆਉਂਦੀ ਸੀ। ਸੋ ਸਾਡੇ ਸਾਇੰਸਦਾਨ ਡਾਕਟਰ ਰਤਨਪਾਲ ਸਾਡੇ ਵਿੱਚ ਬੈਠੇ ਨੇ ਔਰ ਉਹਨਾਂ ਦੀ ਟੀਮ ਨੇ ਇਹਦਾ ਕੰਮ ਅੱਜ ਤੋਂ 15-18 ਸਾਲ ਪਹਿਲਾਂ ਸ਼ੁਰੂ ਕੀਤਾ ਸੀ, ਔਰ ਇੱਕ ਕਿਸਮ ਜਿਹਨੂੰ ਅਸੀਂ PAU ਕਿੰਨੂ ਇੱਕ ਨਾਂ ਦਿੱਤਾ ਹੈ ਉਹ ਸਿਫਾਰਸ਼ ਕੀਤੀ ਹੈ, ਔਰ ਉਹਦੇ ਵਿੱਚ ਸਿਰਫ 2-3-4 ਬੀਜ ਬਣਦੇ ਨੇ, ਔਰ ਸਾਨੂੰ ਉਮੀਦ ਹੈ ਇਹ ਕਿਸਮ ਆਉਣ ਵਾਲੇ ਸਾਲਾਂ ਦੇ ਵਿੱਚ ਇੱਕ ਵੱਡਾ ਮਾਰਕਾ ਮਾਰੇਗੀ। ਜਿਹਨਾਂ ਜ਼ਿਮੀਂਦਾਰ ਭਰਾਵਾਂ ਨੇ ਇਹ ਕਿਸਮ ਲਾਈ ਆ, ਕੁਸ਼ਕ ਦੇ ਫਲ 'ਤੇ ਆਉਣੀ ਸ਼ੁਰੂ ਹੋ ਗਈ ਆ। ਸਾਡੇ ਵਿੱਚ ਸਿੱਕਾ ਸਾਹਿਬ ਬੈਠੇ ਨੇ, ਬਰਾੜ ਸਾਹਿਬ ਬੈਠੇ ਨੇ, ਹੋਰ ਵੀ ਕਿਸਾਨ ਭਰਾ ਬੈਠੇ ਨੇ, ਔਰ ਉਹ ਇਸ ਨੂੰ ਇੱਕ ਕਿੰਨੂ ਵੀ ਜਾਤੀ ਦੀ ਜਿਹੜੀ ਬਹੁਤ ਵੱਡੀ ਉਪਲਬਧੀ ਮੰਨ ਰਹੇ ਨੇ, ਔਰ ਪੰਜਾਬ ਦੀ ਔਰ ਨੇੜੇ ਦੇ ਇਲਾਕਿਆਂ ਦੀ ਇਸ ਕਿਸਮ ਤੋਂ ਬਹੁਤ ਵੱਡਾ ਨਾਮਨਾ ਔਰ ਬਹੁਤ ਵੱਡੀ ਇੰਡਸਟਰੀ ਅੱਗੇ ਆਉਣ ਦੀ ਆਸ ਹੈ। ਸੋ ਯੂਨੀਵਰਸਿਟੀ ਲਗਾਤਾਰ ਖੋਜ ਕਰਦੀ ਰਹਿੰਦੀ ਹੈ, ਇਸ ਤੋਂ ਬਿਨਾਂ ਹੋਰ ਵੀ ਫਲ ਅਸੀਂ ਟੈਸਟ ਕਰਦੇ ਹਾਂ, ਔਰ ਇਹਦੇ ਵਿੱਚ ਇਸੇ ਸਾਲ ਅਸੀਂ ਇੱਕ ਜਿਹੜਾ ਮਿੱਠੇ ਦੀਆਂ ਸਵੀਟ ਔਰੇਂਜ ਦੀਆਂ ਦੋ ਕਿਸਮਾਂ ਵੈਨੀਗੇਲੀਆ ਔਰ ਅਰਲੀ ਗੋਲਡ ਜਿਹੜੀਆਂ ਸਿਫਾਰਸ਼ ਕੀਤੀਆਂ ਨੇ, ਔਰ ਇਹਦੇ ਥੱਲੇ ਵੀ ਕੁਛ ਰਕਬਾ ਸਾਨੂੰ ਆਉਣ ਦੀ ਆਸ ਹੈ। ਇਹ ਸਿਟਰਸ ਔਰ ਦੂਸਰੀਆਂ ਫਲਾਂ ਦੀਆਂ ਜਾਤੀਆਂ ਦੇ ਵਿੱਚ ਇਹਦੀ ਰੂਟ ਸਟੋਕ ਦੀਆਂ ਸਮੱਸਿਆਵਾਂ ਨੇ, ਚਾਹੇ ਉਹ ਨਿਮਾਟੋਡਸ ਦੀਆਂ ਨੇ ਜਾਂ ਮਾੜੇ ਪਾਣੀਆਂ ਨੂੰ ਸਹਿਣ ਦੀ ਸਮੱਸਿਆ ਹੈ, ਅਸੀਂ ਉਹਦੇ ਸੁਧਾਰ ਦਾ ਕੰਮ ਵੀ ਤੁਹਾਡੇ ਇਸ ਸਟੇਸ਼ਨ 'ਤੇ ਹੀ ਵੱਡੇ ਜ਼ੋਰਾਂ ਸ਼ੋਰਾਂ ਨਾਲ ਸ਼ੁਰੂ ਕੀਤਾ ਹੈ, ਔਰ ਨਵੀਆਂ ਕਿਸਮਾਂ ਪੈਦਾ ਕਰਨ ਲਈ ਵੀ ਅਸੀਂ ਇੱਥੇ ਬਰੀਡਿੰਗ ਪ੍ਰੋਗਰਾਮ ਨੂੰ ਬਹੁਤ ਸਟਰੈਂਥਨ ਕੀਤਾ ਹੈ। ਡਾਕਟਰ ਕ੍ਰਿਸ਼ਨ ਕੁਮਾਰ ਇੱਥੇ ਬੜੀ ਜ਼ੋਰ ਸ਼ੋਰ ਨਾਲ ਉਹ ਕੰਮ ਕਰ ਰਹੇ ਨੇ, ਔਰ ਉਮੀਦ ਹੈ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਨਵੀਆਂ ਕਿਸਮਾਂ ਕਿੰਨੂ ਜਾਤੀ ਔਰ ਹੋਰ ਫਲਾਂ ਦੇ ਥੱਲੇ ਵੀ ਲੈ ਕੇ ਆਵਾਂਗੇ।
ਫਲਾਂ ਦੇ ਵਿੱਚ ਸਾਨੂੰ ਵੱਡੀ ਜਿਹੜੀ ਬਰੀਡਿੰਗ ਔਰ ਨਵੀਆਂ ਕਿਸਮਾਂ ਪੈਦਾ ਕਰਨ ਦੀ ਸਮੱਸਿਆ ਇਹ ਆਉਂਦੀ ਹੈ ਵੀ ਇਹ ਲੰਬਾ ਸਮਾਂ ਲੈਂਦੀਆਂ ਪਛਾਣ ਕਰਨ ਤੱਕ, ਸਾਨੂੰ ਵੇਟ ਕਰਨਾ ਪੈਂਦਾ 5-7-8 ਸਾਲ ਤੱਕ, ਇਸ ਕਰਕੇ ਇਹਦਾ ਕੰਮ ਥੋੜ੍ਹਾ ਸਲੋਅ ਚੱਲਦਾ ਹੈ। ਬਟ ਇਹ ਇੱਕ ਲਗਾਤਾਰ ਵਰਤਾਰਾ ਹੈ, ਲਗਾਤਾਰ ਕੰਮ ਹੈ, ਇਸ ਵਿੱਚ ਬਿਮਾਰੀਆਂ ਔਰ ਕੀੜਿਆਂ ਦਾ ਜਿਹੜੇ ਕਿ ਅੱਗੇ ਜਾ ਕੇ ਨੁਕਸਾਨ ਕਰਦੇ ਆ ਉਹ ਬਹੁਤ ਧਿਆਨ ਦੇ ਕੇ ਰੱਖਦੇ ਹਾਂ। ਸੋ ਤੁਸੀਂ ਜਿਹੜੇ ਵੀ ਬੂਟੇ ਲੈਣੇ ਆ ਉਹ ਯੂਨੀਵਰਸਿਟੀ ਜਾਂ ਮਹਿਕਮਾ ਬਾਗਬਾਨੀ ਤੋਂ ਲਵੋ। ਜਿਹੜੀਆਂ ਨਰਸਰੀਆਂ ਦੀ ਬੂਟਿਆਂ ਦੀ ਕੁਆਲਿਟੀ ਦਾ ਧਿਆਨ ਨਹੀਂ ਰੱਖਦੀਆਂ ਉਹਨਾਂ ਤੋਂ ਪਰਹੇਜ਼ ਕਰੋ। ਅਦਰਵਾਈਜ਼ ਅਸੀਂ ਡਾਬਰਾ ਸਾਹਿਬ ਦੇ ਖੇਤ 'ਚ ਹੁਣੇ ਜਾ ਕੇ ਆਏ ਹਾਂ, ਉਹ ਦਿਖਾ ਰਹੇ ਸੀ ਵੀ ਜਿੱਥੇ ਮਾੜੀ ਕੁਆਲਿਟੀ ਦੇ ਬੂਟੇ ਲਾਏ ਹੋਏ ਨੇ ਉਹਦੀ ਜਿਹੜੀ ਲਾਈਫ ਆ ਉਹ ਬਹੁਤ ਘੱਟ ਜਾਂਦੀ ਹੈ, ਜਿਹੜਾ ਲੰਬੇ ਸਮੇਂ ਤੱਕ ਜਿਹੜਾ ਮਾੜਾ ਅਸਰ ਹੁੰਦਾ ਹੈ। ਸੋ ਭਰਾਵੋ ਸਾਡਾ ਕੰਮ ਲਗਾਤਾਰ ਜਿਹੜੇ ਜਿਹੜੇ ਵੀ ਚੈਲੇਂਜ ਆਉਂਦੇ ਨੇ ਉਹਨਾਂ ਨੂੰ ਫੇਸ ਕਰਨਾ ਔਰ ਉਹਨਾਂ ਦਾ ਹੱਲ ਕੱਢਣਾ ਹੈ, ਔਰ ਇਹਦੇ ਵਿੱਚ ਅਸੀਂ ਤਨ ਮਨ ਲਾ ਕੇ ਕੰਮ ਕਰਦੇ ਹਾਂ। ਇੱਕ ਡਰੈਗਨ ਫਰੂਟ ਥੋਰ ਦੀ ਕਿਸਮ 'ਚੋਂ ਹੈ, ਉਹਦੀਆਂ ਵੀ ਅਸੀਂ 2 ਕਿਸਮਾਂ ਸਿਫਾਰਸ਼ ਕੀਤੀ ਹੈ। ਸਾਨੂੰ ਉਮੀਦ ਹੈ ਉਹ ਇਸ ਇਲਾਕੇ ਦੇ ਵਿੱਚ ਵੀ ਵਧੀਆ ਜਿਹੜਾ ਪਰਫੋਰਮ ਕਰੇਗਾ। ਇਸ ਤੋਂ ਬਿਨਾਂ ਅਸੀਂ ਜਿੰਨੀਆਂ ਵੀ ਐਡਵਾਂਸ ਤਕਨੀਕਾਂ ਨੇ ਉਹਨਾਂ ਨੂੰ ਵਰਤ ਕੇ ਅਲੱਗ ਅਲੱਗ ਕਿਸਮਾਂ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਔਰ ਉਹਦੇ ਰਿਜ਼ਲਟ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਪਾਣੀ ਇੱਕ ਮੁੱਖ ਸਮੱਸਿਆ ਹੈ, ਇਹਨਾਂ ਇਲਾਕਿਆਂ 'ਚ ਮਾੜਾ ਪਾਣੀ ਹੋਣ ਕਰਕੇ ਹੋਰ ਵੱਡੀ ਸਮੱਸਿਆ ਹੈ। ਸੋ ਪਾਣੀ ਦੀ ਵਰਤਣ ਲਈ ਤੁਹਾਡੇ ਨਾਲ ਸਾਡੇ ਸਾਇੰਸਦਾਨਾਂ ਨੇ ਜਿਹੜਾ ਵਿਚਾਰ ਸਾਂਝੇ ਕੀਤੇ ਨੇ, ਸੋ ਬੜਾ ਉਹਨੂੰ ਧਿਆਨ ਦੇ ਨਾਲ ਵਰਤੋ ਔਰ ਖਾਸ ਤੌਰ 'ਤੇ ਡ੍ਰਿਪ ਇਰੀਗੇਸ਼ਨ ਨੂੰ ਬਾਗਾਂ ਲਈ ਬਹੁਤ ਵਧੀਆ ਰਿਜ਼ਲਟ ਆਏ ਨੇ, ਉਹਨੂੰ ਤੁਸੀਂ ਅਪਣਾਓ ਔਰ ਆਪਣੇ ਬਾਗਾਂ ਦੀ ਸਿਹਤ ਔਰ ਝਾੜ 'ਤੇ ਜਿਹੜਾ ਅਸਰ ਚੰਗਾ ਰਹਿੰਦਾ। ਔਰ ਦਵਾਈਆਂ ਜੋ ਸਿਫਾਰਸ਼ ਕੀਤੀਆਂ ਨੇ ਉਹੀ ਵਰਤੋ, ਬੇਵਜ੍ਹਾ ਜਿਹੜਾ ਹੈ ਉਹ ਖਰਚਾ ਨਾ ਵਧਾਈਏ। ਸੋ ਯੂਨੀਵਰਸਿਟੀ ਤੁਹਾਡੇ ਸਨਮੁੱਖ ਫਲਾਂ ਤੋਂ ਇਲਾਵਾ ਹੋਰ ਫਸਲਾਂ ਦੇ ਬੀਜ ਨਵੀਆਂ ਕਿਸਮਾਂ ਉਹ ਵੀ ਇਸ ਸਟੇਸ਼ਨ ਤੋਂ ਮੁਹੱਈਆ ਕਰਾਉਂਦੀ ਹੈ ਔਰ ਤੁਸੀਂ ਇਸ ਸਟੇਸ਼ਨ ਤੋਂ ਵੀ ਜ਼ਰੂਰ ਲੈ ਕੇ ਜਾਇਆ ਕਰੋ। ਔਰ ਇਹਨਾਂ ਗੱਲਾਂ ਦੇ ਨਾਲ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ। ਜੋ ਵੀ ਸਮੱਸਿਆ ਹੈ ਅਸੀਂ ਸਦਾ ਉਹਨੂੰ ਹੱਲ ਕਰਨ ਲਈ ਤਤਪਰ ਰਹਿੰਦੇ ਹਾਂ ਔਰ ਕੋਸ਼ਿਸ਼ ਕਰਦੇ ਹਾਂ ਕਿ ਉਹਦਾ ਹੱਲ ਲੱਭ ਕੇ ਤੁਹਾਡੇ ਰੂਬਰੂ ਹੋਈਏ। ਮਿਹਰਬਾਨੀ।